ਅਸਲਾਮ ਅਲੈਕੁਮ, ਤੁਸੀਂ ਦੇਖਦੇ ਪਏ ਯੂਟਿਊਬ ਚੈਨਲ ਮਿੱਤਲਾ ਵਲੌਗ ਅਫੀਸ਼ੀਅਲ ਅਤੇ ਮੇਰਾ ਨਾਮ ਐਮਐਲਏ ਕੁਮਾਰ ਰਿਆਤ। ਉਮੀਦ ਕਰੇ ਨਾ ਸਾਰੇ ਦੋਸਤ ਖੈਰ ਖਰੀਅਤ ਨਾਲ ਹੋ, ਠੀਕ ਹੋ ਤੇ ਖੁਸ਼ ਹੋ। ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਸਲਾਮਤ ਰੱਖੇ ਯਾਰ। ਯਾਰ ਅੱਜ ਜਿਹੜਾ ਨਾ ਵਲੌਗ ਸ਼ੁਰੂ ਕਰ ਦਿੱਤਾ ਦੀ ਆ, ਗਰਮੀ ਬੜੀ ਹੈ, ਢੇਰ ਸਾਰਾ ਆ ਗਈ, ਉੱਤੋਂ ਸੂਰਜ ਦੇਖ ਲਓ ਵਹਿੰਦਾ ਪਿਆ, ਗਰੂਬ ਹੋਣ ਵਾਲਾ। ਉਹਦੇ ਬਾਵਜੂਦ ਵੀ ਜਿਹੜਾ ਨਾ ਸਮਝ ਤੋਂ ਕੰਮ ਬਹਿਰ ਹੋਇਆ ਖੜਾ, ਅੱਬਕ ਜਿਹੀ ਬਣੀ ਖੜੀ ਹੈ ਅਤੇ ਹਵਾ ਇਹ ਸਹੀ, ਲੇਕਿਨ ਹਵਾ ਪਤਾ ਲੱਗਦਾ ਲੱਗਦੀ ਨਹੀਂ ਪਈ, ਚੱਕਰ ਹੀ ਹੋ ਜਾਈਏ ਚੱਲ ਖੜਾ। ਮੈਂ ਕਿਹਾ ਆਪਣੇ ਦੋਸਤਾਂ ਨੂੰ ਇੱਥੋਂ ਦਾ ਵਿਊ ਵੀ ਦਿਖਾਉਂ ਅਤੇ ਗੱਪ ਸ਼ੱਪ ਵੀ ਲਾਉਂ, ਅਤੇ ਇਹ ਸਾਡੇ ਇਲਾਕੇ ਦਾ ਦੇਖ ਲਓ, ਡਾਂਜ ਵਗੈਰਾ ਗਰੀਂਦਾ ਪਈ, ਜੋਨਾ ਜੀ ਕੋ ਦੋਨਾ ਸਰੀਂਦਨ, ਉਹ ਸਾਹਮਣੇ ਦੇਖ ਲਓ ਬੰਦੇ ਪਟੇਂਦੇ ਬੈਠਣ ਅਤੇ ਲੱਗਦਾ ਵਾ ਤਿਆਰ ਪਾਸੇ। ਅਤੇ ਆ ਗਏ ਆਪਣੇ ਫਾਰਮ 'ਤੇ, ਅੱਜ ਤੇਰੀ ਫਾਰਮ ਦਾ ਤੁਹਾਨੂੰ ਵਿਊ ਵੀ ਦੇਣੇ ਅਤੇ ਤੁਹਾਨੂੰ ਦੱਸਿਆ ਵੀ ਕੱਲ੍ਹ ਸਾਰੀਆਂ ਮੁਰਗੀਆਂ ਜਿਹੜਾ ਨਾ ਢੇਰ ਸਾਰੀਆਂ ਡੈਮੇਜ ਹੋ ਗਈਆਂ, ਯਾਨੀ ਕਿ ਮਰ ਗਈਆਂ ਉਹ ਗਰਮੀ ਦੀ ਵਜ੍ਹਾ ਕਰਕੇ। ਉਸ ਵਜ੍ਹਾ ਕਰਕੇ ਨਾ ਅਸਾਂ ਅੱਜ ਵੱਲ ਜਿਹੜਾ ਨਾ ਕੂਲਰ ਪੱਖੇ ਵੱਲ ਛੁਕਾਏ ਹੋਏ ਨਾਲ ਹੀ ਤੁਹਾਨੂੰ ਦੇਖ ਲਓ, ਇਹ ਕੂਲਰ ਪੱਖੇ ਚੱਲਦੇ ਪੈਣ ਅਤੇ ਪਾਣੀ ਵਗੈਰਾ ਠੱਡਾ ਡਾਂਦਾ ਖੜਾ ਜੀ, ਦੇਖ ਲਓ ਇਹ ਦੇਖ ਸਕਦੇ ਵੀ ਅੱਜ ਦਾ ਮਾਹੌਲ ਇਹ ਸਾਰੀਆਂ ਮਾਸ਼ਾਅੱਲਾ ਨਾਲ ਲੱਗਾਂ ਆਈਆਂ ਖੜੀਆਂ। ਕੱਲ੍ਹ ਤਕਰੀਬਨ ਕੋਈ 20 ਤੋਂ 25 ਜਿਹੜਾ ਨਾ ਮੁਰਗੀਆਂ ਉਹ ਥੀ ਗਈਆਂ, ਮਰ ਗਈਆਂ, ਅਤੇ ਇਹ ਵਜ੍ਹਾ ਕਰਕੇ ਨਾ ਅੱਜ ਇਹ ਟਾਈਮ ਢੇਰ ਸਾਰਾ ਹੋ ਗਈ ਜਿਹੜਾ ਇਸ ਟਾਈਮ, ਯਾਨੀ ਕਿ ਇਸ ਟਾਈਮ ਤੀਕਰ ਕੂਲਰ ਪੱਖੇ ਛੁਕਦੇ ਪੈਣ। ਟਾਈਮ ਹੋ ਗਈ 5:45 6:45 ਆ ਗਈ। ਅੱਛਾ ਇਹ ਦੇਖੋ, ਇਹ ਵੀ ਹੁਣ ਦੇਖ ਲਓ ਇੱਥੇ ਆਈਆਂ ਬੈਠੀਆਂ ਨੇ, ਇਹ ਸਾਹਮਣੇ ਦੇਖੋ ਹਰ ਚੀਜ਼ ਕੋ ਨਾ ਹਵਾ ਦੀ ਅਸ਼ੱਦ ਜ਼ਰੂਰਤ ਹੈ ਜਾਨਦਾਰ ਨੂੰ, ਇਹ ਵੀ ਚੱਲਦਾ ਪਈ, ਇਹ ਤੋੜ ਤੋੜ ਲੈਣ ਦੇ ਵਿੱਚ ਚੱਲਦੇ ਪੈਣ ਦੇਖੋ ਮਾਸ਼ਾਅੱਲਾ ਨਾਲ। ਓਏ ਹੋਏ ਹੋਏ, ਲਾਈਟ ਹੀ ਵਗ ਗਈ, ਆ ਗਈ ਆ ਗਈ ਆ ਗਈ ਆ ਗਈ, ਮੈਂ ਕਿਹਾ ਮੇਰਾ ਕੋਈ ਕਸੂਰ ਪੈ ਗਈ, ਲਾਈਟ ਵਗ ਗਈ। ਤਕਰੀਬਨ ਇਸ ਟਾਈਮ 3 ਤੇ 3 6 ਪੱਖੇ ਚੱਲਦੇ ਪੈਣ ਕੂਲਰ ਫਾਰਮ ਦੇ ਅੰਦਰ, 3 ਉਸ ਪਿਛਲੇ ਪੋਰਸ਼ਨ 'ਚ ਚੱਲਦੇ ਪੈਣ, 3 ਅਗਲੇ ਇਸ ਪੋਰਸ਼ਨ 'ਚ ਚੱਲਦੇ ਪੈਣ, ਇੱਕ ਖੜੇ ਦੂ ਖੜੇ, ਇਸੇ ਤਰੀਕੇ ਨਾਲ ਪਿੱਛਾ ਵੀ ਚੱਲਦੇ ਪੈਣ। ਇਹ ਸੁੰਡੀਆਂ ਮੇਰੇ ਨਾਲ ਵਧੀਆਂ ਮਾਸ਼ਾਅੱਲਾ, ਦੇਖ ਸਕਦੇ ਹੋ ਬਲਡ ਆਪਣਾ ਤਿਆਰ ਹੋਇਆ ਪਈ ਹੈ ਤਕਰੀਬਨ, ਜਾਂ ਤਾਂ ਅੰਡੇ ਲੈਣ ਦਾ ਖੜਾ ਸੀ ਅੱਜ ਕੱਲ੍ਹ, ਜਾਂ ਡੂ ਸੀ ਦੇਰ, ਕਿਉਂਕਿ ਟਾਈਮ ਪੂਰਾ ਹੋ ਗਈ ਹੈ ਅਤੇ ਬਾਕੀ ਅੱਲਾ ਰਹਿਮਤ ਕਰੇ ਸੀ ਇਨਸ਼ਾਅੱਲਾ। ਹੌਲੀ ਹੌਲੀ ਇਸਨੇ ਕੰਮ ਕਰਨ ਦਿਖਾਉਣਾ ਤਾਂ ਇਹ ਨਾ ਆਪਣਾ, ਮੈਂ ਕਿਹਾ ਅੱਜ ਆਪਣੇ ਵੀਵਰਾਂ ਨੂੰ ਦੋਸਤਾਂ ਨੂੰ ਇਹ ਵੀ ਦਿਖਾਊਂ, ਆਪਣੇ ਫਾਰਮ ਦੀ ਲੋਕੇਸ਼ਨ ਵੀ ਦਊਂ ਅਤੇ ਮਾਹੌਲ ਵੀ ਦਿਖਾਊਂ ਕਿ ਕਿਤਨਾ ਗਰਮ ਮਾਹੌਲ ਹੈ, ਮੁਰਗੀਆਂ ਕਿਤਨੀਆਂ ਹੈ, ਤਕਰੀਬਨ 20-25 ਮੁਰਗੀਆਂ ਇਸ ਟਾਈਮ ਤੀਕਰ ਮਰ ਚੁੱਕੀਆਂ। ਅੱਜ ਵੱਲ ਚਿਰਕੇ ਤੋਂ ਨਹੀਂ ਚਲਵਾਇਆ ਕੂਲਰ ਪੱਖੇ, ਹਵਾ ਗੁੱਲੀ ਖੜੀ ਹੈ, ਲੇਕਿਨ ਇਹ ਹਵਾ ਦੀ ਹੱਬਕ ਬਣੀ ਖੜੀ ਹੈ ਹੁਣ ਇਸ ਟਾਈਮ, ਹੁਣ ਹਵਾ ਵੱਲ ਚੰਗੀ ਲੱਗਦੀ ਪਈ। ਇਹ ਤਿੱਲੀ ਗੱਡੀ ਪਈ ਹੈ ਸਾਹਮਣੇ, ਜਿਹੜੇ ਤਿਲ ਆਉਂਦੇ ਨੂੰ ਤਿੱਲੀ ਸੜੇ ਦਿਨ, ਇਹ ਗੱਡੀ ਪਈ ਹੈ, ਇਹ ਵੀ ਇਸ ਸਮੇਂ ਦਾ ਜਿਆੜਿਆਂ 'ਚ ਆਸੀ ਇਨਸ਼ਾਅੱਲਾ। ਹੁਣ ਤੁਹਾਨੂੰ ਅੱਗੇ ਚੱਲ ਮਿਲਦੇ ਹਾਂ, ਬੈਖੋਰ ਆਇਆ ਬੈਠਾ ਇੱਕ ਸਾਡਾ ਵੀਵਰ, ਪਹੁੰਚੇ ਅੰਦਰ ਫਾਰਮ ਦੇ ਬਾਈ, ਆ ਫੀਡ ਪੈਂਦਾ ਪਈ ਹੈ ਮੁਰਗੀਆਂ ਨੂੰ, ਫੀਡ ਪੈਂਦਾ ਪਈ ਹੈ ਨਾ। ਅੱਛਾ ਦੂਜਾ ਟਾਈਮ ਹੁਣ ਚਲਾਉਂਦੇ ਪਏ, ਯਾਨੀ ਕਿ ਸੂਬਾ ਲੈ ਪਾ ਲਈ ਪਏ ਨਾ। ਅੱਛਾ ਹੁਣ ਕਿਤਨੀਆਂ ਬੋਰੀਆਂ ਪੈਸੇ ਇਸ ਟਾਈਮ? ਹੁਣ 1.5 ਬੋਰੀ ਪਾ ਦੇਣੀ ਇਹਨਾਂ ਨੂੰ। ਅੱਛਾ ਉਹ ਇੱਥਾਂ ਹੀ ਖੜੋ, ਤੁਸਾਂ ਤੁਸਾਂ ਨਹੀਂ ਆਉਣਾ, ਤੁਸਾਂ ਇੱਥਾਂ ਹੀ ਬੂਹੇ 'ਚ ਖੜਨਾ। ਅੰਦਰ ਫਾਰਮ ਦੇ ਆ ਗਏ ਵੀ ਵਰ, ਅਤੇ ਫੀਡ ਜਿਹੜਾ ਨਾ ਬਾਈਆਂ ਨੂੰ ਲਾ ਦਿੱਤਾ ਮਾਸ਼ਾਅੱਲਾ ਨਾਲ, ਪਹਿਲੇ ਤਿਆਰੀ ਬੱਦੀ ਖੜਾ ਹੀ ਲਾਵਣ ਦੀ ਫੀਡ ਦੇ, ਕਿਉਂਕਿ ਨਾ ਮੁਰਗੀਆਂ ਹੁਣ ਫੀਡ ਖਾਣੀ ਖੜੀਆਂ ਘੱਟ, ਪੁਜ਼ੀਸ਼ਨ ਹੀ ਉਹ ਹੀ ਖੜੀ ਹੈ ਕਿ ਗਰਮੀ ਇਤਨੀ ਹੈ। ਦੇਖ ਸਕਦੇ ਮਾਸ਼ਾਅੱਲਾ ਨਾਲ ਤਿਆਰ ਹੈ ਮੁਰਗੀ, ਇਸੇ ਤਰੀਕੇ ਨਾਲ ਅਗਲੇ ਪੋਰਸ਼ਨ 'ਚ ਇਵੇਂ ਤਿਆਰ ਹੈ, ਤੋੜ ਤੋੜ ਮਾਸ਼ਾਅੱਲਾ। ਇਹ ਦੇਖੋ ਇਸ ਤੋਂ ਅੱਗਾਂ ਵੀ ਪੋਰਸ਼ਨ ਨੇ ਖੁੱਡਿਆਂ ਤੋਂ ਅੱਗਾਂ, ਅਤੇ ਇਹ ਅੰਡੇ ਵਾਲੀ ਮੁਰਗੀ, ਅਤੇ ਦੇਖੋ ਹਰੀ ਨਰੀ ਹੋਈ ਖੜੀ, ਉਹ ਤੇਰੀ ਖੈਰ ਹੋਵੇ ਇਹਦੇ, ਦੇਖੋ ਮਾਸ਼ਾਅੱਲਾ। ਇਹ ਨਹੀਂ ਤਾਂ ਫੀਡ ਪਵਿਆ ਅਤੇ ਭੱਜਣ ਪੈ ਜਾਂਦੀ ਹੈ ਫੀਡ ਖਾਣ ਵਾਸਤੇ,
ਹੁਣ ਇਤਨੀ ਗਰਮੀ ਹੈ, ਉਹਦਾ ਦਿਲ ਨਹੀਂ ਕਰਦਾ ਪਿਆ ਮੈਂ ਫੀਡ ਖਾਵਾਂ, ਔਕਦੀ ਖੜੀ ਹੈ। ਉਹ ਤਾਂ ਵਾਸਤੇ ਕੂਲਰ ਪੱਖੇ ਲਾਏ ਹੋਏ ਹਨ ਜਿਹੜੇ ਬਾਹਰੋਂ ਦੋਸਤਾਂ ਨੂੰ ਲਿਖਿਆ ਹਨ, ਇਹ ਬਾਂਸ ਵਗੈਰਾ ਹੀ ਲਵਾਏ ਹਨ ਤੋੜੋ ਤੋੜ, ਉਸ ਪਾਸੋਂ ਹੀ ਲਵਾ ਦਿੱਤੇ ਹਨ ਪਰਲੀ ਸਾਈਡ ਤੋਂ, ਇੰਜ ਨਹੀਂ ਕਿ ਉੱਤੇ ਝਾੜ ਕੇ ਬਾਂਧੀ ਕੁਝ ਜਣਾ ਨਾ ਤੱਲੇ ਟੈਂਪਰੇਚਰ ਘੱਟ ਪੈਂਦਾ। ਹੋਲਸੇਲ ਵਾਲੀ ਦੁਕਾਨ ਦਾ ਰੇਟ ਇੱਥੇ ਫ੍ਰੀ ਹੈ ਚੰਦ ਨੇ ਬੰਦੇ ਹੈਂ ਆਪਣੀ ਕਟਿੰਗ ਦੇ ਪੈਸੇ ਦੱਸ ਅੱਜ ਮੈਨੂੰ ਕਟਿੰਗ ਦੇ ਪੈਸੇ ਦੱਸ। ਦੱਸ ਉਹ ਮਰੇ ਕਟਿੰਗ ਦੇ ਪੈਸੇ ਦੱਸ, ਦੋ ਸੌ ਲੈਣਾ। ਅੱਛਾ ਹੁਣ ਵੱਲ ਮੇਰਾ ਵੀ ਇਹ ਪਲੈਨ ਹੈ, ਅਗਰ ਬਈ ਕੋਈ ਕਟਿੰਗ ਕਰਾਉਣੀ ਹੋਵੇ ਤਾਂ ਫਿਰ ਬਈ ਕੋਈ ਡਿਜ਼ਾਇਨਿੰਗ ਵਾਲੀ ਕੋਈ ਆਉਂਦੀ ਹੈ ਹਾਂ, ਜਿਹੜੀ ਉਸਤਾਨੀ ਵਗੈਰਾ ਕਰੇ ਦੀ ਹੈ, ਉਸਤਾਨੀ ਵਗੈਰਾ ਨਹੀਂ ਕਰੇ ਦੀ ਤੈਨੂੰ ਪਤਾ ਹੀ ਕੌਣ ਨਹੀਂ ਉਸਤਾਨੀ ਕਿਵੇਂ ਕਰੇ ਦੀ ਕਟਿੰਗ। ਵੀਰ ਆ ਗਿਆ ਖਾਨ ਬਾਈ ਕੋਲ, ਤੂੰ ਵੀ ਬਣਾਈ ਬਿਲੰਦੂ, ਗਰਮੀ ਬੜੀ ਆਈ 18 ਤੇ ਆਇਆ ਖਾਣਾ, ਮੋਟਰਸਾਈਕਲ ਦੀ ਨਾ ਬੈਟਰੀ ਜਿਹੜਾ ਨਾ ਖਰਾਬ ਹੈ, ਪਤਾ ਨਹੀਂ ਕਿਆ ਚੱਕਰ ਹੈ, ਸਲਫ ਨਹੀਂ ਚਾਹੁੰਦਾ ਪਈ ਆ, ਇਹਦੀ ਬੈਟਰੀ ਜਿਹੜਾ ਨਾ ਸੈੱਟ ਕਰਾਉਣੀ ਹੈ, ਇਲੈਕਟ੍ਰੀਸ਼ਨ ਨਹੀਂ ਟਕਰਾ ਇੱਥੇ, ਹੁਣ ਇੱਥੋਂ ਜਿਹੜਾ ਨਾ ਕਹਿ ਬੈ ਪਾਸੇ ਮੁਹਾੜ ਕਰੇ ਨੇ, ਉੱਥੋਂ ਬਣ ਕੇ ਇਹਦੀ ਬੈਟਰੀ ਚੈੱਕ ਕਰਵਾਏ ਨੇ, ਅਤੇ ਵੱਲ ਦੋਸਤਾਂ ਨੂੰ ਦੱਸੇ ਸੋ ਵੀ ਸਹੀ ਤਰੀਕਾ ਸੋ, ਜਿਵੇਂ ਪਾਣੀ ਪੀਵਣ ਹਾਜ਼ਰ ਹੈ। ਮੂਲ ਜੋ ਟੇਪ ਹੀ 2000 ਦੀ ਹੈ ਤੇ ਤੂੰ 2000 ਸਪਲਾਈ ਦਾ ਮੰਗ ਕਰੇ, ਗੱਲ ਸੁਣ, ਜਿਹੜੀ ਪਿੱਛਾ ਬਣਵਾਈ ਭਰ ਗਿਆ ਨਾ ਭਾਈ ਆ ਉਹ ਹੀ ਦੇ ਚ ਇਵੇਂ ਨਾ ਲਾ ਲੇ, ਤੇ ਵੱਲ ਜਿਹੜੀ ਅਗਲੀ ਗੱਲ ਉਹ ਮੁਕਾ ਲੈਣੇ ਹੁਣ, ਜਿਹੜੀ ਪਿੱਛਾ ਵਾਲੀ ਝੜੀ ਬਣਵਾਈ 7-8 ਹਜ਼ਾਰ ਰੁਪਏ ਤੇ ਪਿੱਛਾ ਬਣਵਾਈ ਲਈ ਬੈਠਾ ਹੁੰਦੇ ਕੋਲ ਛੋਦੇ ਕੋਲ, 10 ਹਜ਼ਾਰ ਤੋਂ ਟੱਪ ਗਈ ਹੈ ਨਾ, 10 ਹਜ਼ਾਰ ਦੀ ਲਈ ਆਈ ਸੜ ਗਈ ਹੈ, ਬਲ ਇਹਨੇ ਤੇ 25 ਲਾਇਆ, ਬਲ ਚਲਾਈਏ, ਬਲ ਸੜੀ ਹੈ, ਬਲ ਸਹੀ ਤੇ ਇੱਕ ਹਵਾ ਇੱਕ ਹਵਾ 2500 ਬਲ ਲਾ ਕੇ ਗਿਆ ਹੁਣ ਬਸ। ਹਾਂ ਤੂੰ ਹੁਣ ਦੱਸ ਚੋਰ ਆ, 10 ਹਜ਼ਾਰ ਚੋਰੀ ਦੀ ਮੱਡੀ ਹੈ, ਗੱਲ ਸੁਣ ਲੈ, ਰੁਪਈਆ ਇਹਦਾ ਦੇ ਚ ਤੂੰ 5 ਹਜ਼ਾਰ ਤੇ ਰੱਖ ਲੈ, ਤੂੰ ਅੱਗਾ ਬਣਾ ਤੇ ਕਹਿਣ ਵੱਲ 10 ਹਜ਼ਾਰ ਦੀ ਵਿੱਚ ਹੈ, 5 ਹਜ਼ਾਰ ਦੀ ਦਊ, ਕੋਈ ਮਸਲਾ ਕੋ ਨਹੀਂ, ਉਹ ਤਾਂ ਸਾਨੂੰ ਹੀ ਲਵਣੇ ਆਉਂਦੇ ਜੇ ਤੁਹਾਨੂੰ ਦੇਵਣੇ ਆਉਂਦੇ ਨੇ ਤਾਂ ਹੈ ਭਾਈ। ਮੈਂ ਇਹਦਾ ਪੀਏ ਹੀ ਵੱਲ ਦਾਮੇ ਨਹੀਂ ਪਾਉਂਦਾ, ਤੂੰ ਹਲੇ ਇੱਕ ਗੱਲ ਯਾਦ ਰੱਖੇ, ਰੋਵੇਂ ਚੀਕੇ ਨਾ ਪੀਆ, ਜਿਹੜੇ ਮੈਂ ਤੇਰੇ ਅੱਗੇ ਦੇਵਣੇ ਨਾ ਉਹ ਮੈਨੂੰ ਯਾਦ ਦੇਣ, ਲੇਕਿਨ ਮੈਂ ਵਾਲੀ ਦੇਂਦਾ ਕੋ ਨਹੀਂ, ਚਲੋ ਠੀਕ ਹੈ ਭਾਈ। ਆ ਕਿਆ ਹਾਲ ਹੈ ਨਾ, ਆਪਣਾ ਹਿਸਾਬ ਕਿਤਾਬ ਕੇ ਬਣਾ ਵਾ ਤੈਨ, ਯਾਦ ਲੱਥੇ ਵਧਣ, ਮੈਂ ਕਿਹਾ ਹੋਰ ਨਾ ਹੋਵੇ ਕਿਤੇ ਅਗਲੇ ਆਖਣ ਜਿਹੜਾ ਨਾ ਚੱਕਰ ਨਹੀਂ ਸੀ ਲਾਇਆ।
ਲਓ ਭਾਈ ਬਿਸਮਿਲ੍ਲਾ ਕਿਰਾ ਲਿਖੇ ਪੈਣ ਤਾਂ ਕੱਟ ਛੁੜਿਆ ਯਾਰ, ਮਿਹਰਬਾਨੀ ਤੁਹਾਡੀ। ਹੁਣ ਤੁਹਾਡਾ ਸਾਰਾ ਹਿਸਾਬ ਹੋ ਗਿਆ ਕਲੀਅਰ, ਪੁੱਛ ਲੈ ਡੇਰੀ ਤੇ ਪੈਸੇ ਜਿਹੜੇ ਤੂੰ ਮੰਗਦਾ ਬੈਠਾ ਹੈ ਨਾ, ਇਹਦੇ ਉਹ ਮਸ਼ੀਨ ਤੇ ਲਾ ਤੇ ਚੈੱਕ ਹੀ ਕਰ ਲਿਆ ਸੀ ਉਹ ਬਾਈ ਜਾਨ, ਡੇਰੀ ਤੇ ਨਾ ਤੇ ਪੁੱਛ ਲਓ ਬਿਰਾ ਕੋਲ। ਠੀਕ ਹੈ ਓਕੇ, ਪੈਸੇ ਮੰਗਣ ਦੀ ਗੱਲ ਆਵੇ ਤੇ ਵੱਲ ਬੰਦਾ ਤੁਹਾਡੀ ਵੀਡੀਓ ਹੀ ਨਾ ਭਰੇ। ਕਿਵੇਂ ਨਾ ਉਸਤਾ ਜੀ, ਉਡੂ ਭਾਈ ਹੋਰਾਂ ਕੋਲ ਨਿਕਲ ਤੇ ਖਾਨ ਭਾਈ ਕੋਲ ਆ ਕੇ ਜਿਹੜਾ ਲੱਗੇ ਦੀ ਵੀਡੀਓ ਬਣਾਈ ਆਈ, ਮੇਰਾ ਮੋਬਾਈਲ ਚੋਰੀ ਹੋ ਗਿਆ ਜੀ, ਅੱਜ ਵੱਲ ਬਣਿਆ ਦਾ ਵੀ ਅੱਲਾ ਖੈਰ ਕਰੇ। ਖਾਨ ਭਾਈ ਅਗਰ ਹੁਣ ਮੋਬਾਈਲ ਚੋਰੀ ਹੋਇਆ ਨਾ ਅੱਧੇ ਪੈਸੇ ਤੁਹਾਨੂੰ ਡੇਵਣੇ ਪੈਣੇ ਲੱਗੇ, ਲੱਖ ਚੱਟੀ ਭਰੀ ਹੋਈ। ਕਿਵੇਂ ਨਾ ਲਾ ਲੈ ਹੱਕ ਬਣਦਾ, ਉਡਣ ਤੇਰੀ ਵੀਡੀਓ ਵਧੀਆ, ਤੈਨੂੰ ਪਤਾ ਉਹ ਚੜੀ ਕੋ ਨਾ ਸੀ ਜਿਹੜੀ ਤੇ ਵੀਡੀਓ ਆਪਾਂ ਬਣਾਈ ਆਈ, ਉਹ ਮੋਬਾਈਲ ਚੋਰੀ ਹੋ ਗਿਆ ਤੇ ਵੀਡੀਓ ਖਤਮ ਹੋ ਗਈ। ਇਹ ਚੱਕਰ ਹੈ, ਅੱਜ ਵੱਲ ਤੇਰੀ ਬਣ ਗਈ, ਹੁਣ ਗਵਾਹੀ ਵਿੱਚ ਮੈਂ ਤੇਰੀ ਦੇ ਦਿੱਤੀ ਹੈ। ਭਾਈ ਹੈ ਆਪਣਾ ਇਨਸ਼ਾਅੱਲਾ, ਇਹਦਾ ਕੋਈ ਸ਼ੁਕੋ ਨਹੀਂ। ਬਾਹੂ ਕੀ ਹਾਲ ਹੈ ਨਾ, ਖੈਰ ਹੈ। ਦੇਖੇ ਫਿਊਜ ਮੁੱਕ ਬੈਠਾ ਸੀ, ਕੀ ਹੋਇਆ ਵੱਲ ਬੈਟਰੀ ਮੁੱਕ ਬੈਠੀ ਹੈ, ਸਲਾ ਫਿਰ ਬੈਂਦਾ। ਅੱਛਾ ਪਾਣੀ ਤੁਹਾਨੂੰ ਦਿਰ ਕੇ ਆਉਂਦੇ ਪੋਜੀਸ਼ਨ। ਇਲੈਕਟ੍ਰੀਸ਼ਨ ਨੂੰ ਚੈੱਕ ਕਰੋ ਯਾਰ, ਬੜਾ ਪਰੇਸ਼ਾਨੀ ਹੋ ਅੱਗੇ ਦੇਖ ਕੇ। ਇੱਕ ਤੂੰ ਬੰਦਾ ਜਿਹੜਾ ਨਾ ਜਾਨ ਛੁੜਾਈ ਪਤਾ, ਜੇ ਹੁਣ ਕਿੱਕ ਜਿਹੜਾ ਨਾ ਮਾਰਨ ਨੂੰ ਦਿਲ ਨਹੀਂ ਕਰਿਆ ਤੇ ਇਹ ਅੱਗੋਂ ਸਟਾਰਟ ਨਹੀਂ ਥੀਂਦਾ, ਚੱਕਰ ਏ ਆ ਉਹ ਆਇਆ ਵਾ। ਚਲੋ ਹੁਣ ਤੇਰੀ ਵੀਡੀਓ ਬਣ ਗਈ, ਹੁਣ ਸਵੇਰੇ ਲਾਈਕ ਹੀ ਕਰਨਾ ਤੇ ਸ਼ੇਅਰ ਵੀ ਕਰਨੀ ਤੇ ਕਮੈਂਟ ਵੀ ਕਰਨਾ। ਅਗਰ ਤੂੰ ਪਹਿਲੇ ਨਾ ਕੀਤਾ ਨਾ ਤੈਂ ਬੰਦੇ ਨੂੰ ਆਨੇ ਦੇਖ ਲਓ, ਵੱਲ ਮੈਂ ਤੋੜਾ ਵੈਸਾ। ਤੂੰ ਬੋਤਲ ਹੀ ਤੁਹਾਡੇ ਕੋਲ ਪੀ ਸਾਂ ਕੱਲ ਤੇ ਤੂੰ ਨਾਲ ਗੱਪ ਸ਼ਾਪ ਵੀ ਵੱਲ ਲੈ, ਕੱਲ ਸੂ ਪਹਿਲੇ ਵੀਡੀਓ ਅਪਲੋਡ ਹੋ ਸੀ। ਇਹ ਬੰਦਾ ਹੀ ਸੁਣਦਾ ਬੈਠਾ ਜਿਹੜਾ ਮੋਟਰਸਾਈਕਲ ਵਾਲਾ ਮਿਸਤਰੀ ਹੈ, ਕਿਉਂਕਿ ਤਰੇ ਮੇਰੇ ਬੰਦੇ ਵੀ ਨਾ ਤੁਸੀਂ 18 ਦੇ ਇਸ ਟਾਈਮ ਜਿਹੜੇ ਮੌਕੇ ਤੇ ਬੈਠੇ ਵੇ। ਵੀਵਰ ਆ ਗਏ ਭਾਈ ਹੋਰਾਂ ਕੋਲ, ਕੋਈ ਸਾਡਾ ਇੱਥੇ ਖਾਤਾ ਛਾਤਾ ਆਈ, ਮੈਂ ਕਿਹਾ ਅੱਜ ਸਾਰਿਆਂ ਨੂੰ ਨਾ ਨਿਬੇੜ ਕੇ ਨਾ ਵੱਲ ਘਰ ਵਜੋ, ਤੇ ਇਹ ਭਾਈ ਆਪਣੇ ਪਿਆਰੇ ਨੂੰ ਬੜੀ ਆਪਣੀ ਇੱਜ਼ਤ ਕਰਦੇ ਨੇ ਮਾਸ਼ਾਅੱਲਾ ਨਾਲ। ਵੱਲ ਬਿਰਾਵਾਂ ਨੂੰ ਯਾਦ ਰੱਖਣਾ ਚਾਹੀਦਾ, ਅੱਜ ਸਾਰਿਆਂ ਦਾ ਜਿਹੜਾ ਨਾ ਖਾਤਾ ਅਗਲੇ ਪਿਛਲੇ ਦਾ ਸਿੱਧਾ ਕਰਿਆ ਦਾ ਵਾ, ਉਹ ਆ ਦੇਣ ਵੱਲ ਸਾਡੇ ਦੇ ਨਾ ਕੇ ਨਾ ਸਾਰੇ ਨਾਲ ਹੀ ਵੀਡੀਓ ਬਣਾਉਣੀ ਹੈ ਤੁਸਾਂ, ਮੈਂ ਕਿਹਾ ਜ਼ਰੂਰ ਬਣਿਆ ਸੁਣਿਆ ਇਨਸ਼ਾਅੱਲਾ। ਕਿਵੇਂ ਨਾ ਬਾਈ ਜਾਨ, ਇਹ ਸਾਰੀਆਂ ਬਿਰਾਵਾਂ ਦੀਆਂ ਮੁਹੱਬਤਾਂ ਜਿਹੜੇ ਸਾਨੂੰ ਆ ਦਿਨ ਤੇ ਅਸਾਂ ਪਹੁੰਚਾਉਣੇ ਕਿ ਤਾਂ ਨਾ ਕਿ ਤਾਂ, ਮੈਂ ਕਿਹਾ ਜੀ ਇਲਾਕੇ ਦੀ ਸੈਰ ਹੀ ਕਰੂੰ ਇੱਥੋਂ ਦੀ, ਵੀ ਆਪਣੀ ਕੀ ਮੁਹੱਬਤ ਹੈ ਬਾਈ ਜਾਨ, ਕਿਤਨੇ ਪੈਸੇ ਬਣਦੇ ਨੇ ਆਪਣੇ ਛੋਟੇ ਮੋਟੇ ਜਿਹੜੇ ਨੇ। ਸ਼ਰਮ ਲੱਗੀ ਦੀ ਕਰੋ ਬਾਈ ਜਾਨ, ਦੱਸਾ ਕਰੋ, ਮੈਨੂੰ ਦੱਸਾ ਤਾਂ ਸੀ ਤੇ ਇਵੇਂ ਹੈ ਜੀ, ਦੱਸਾ ਸੀ ਤਰੇ ਟੇਪਾਂ ਕੋਈ ਅੰਡੇ ਹਨ ਪਤਾ ਨਹੀਂ ਕਿ ਸ਼ਾਇਦ ਇਹੋ ਮੈਨੂੰ ਆਖਾ ਸੀ, ਤੁਹਾਨੂੰ ਪਤਾ ਸੀ ਮਜ਼ੀਦ ਮੈਂ ਕੋਈ ਉਹਨਾਂ ਦੇ ਵੱਲ ਦੱਸਿਆ ਕਿ ਹਿੰਨ ਕੋਈ ਜ਼ੀਨ ਤੇ ਬੰਦਾ ਮੈਂ ਤਾਂ ਦੱਸਿਆ ਸੀ, ਮੈਨੂੰ ਆਖਿਆ ਸੀ ਭਾਈ ਤਰੇ ਸ਼ਲੋਸ਼ਨ ਟੇਪਾਂ ਲੈ ਕੇ ਗਈਆਂ ਤੇ ਕੋਈ ਸਵੇਰੇ ਅੰਡੇ ਹਨ ਪਤਾ ਨਹੀਂ ਛੋਟੇ ਭਾਈ ਕੋਲ। ਚਲੋ ਪੁੱਛ ਲਵੇ ਅਗਰ ਵੱਲ ਕੋਈ ਹੋਸੀ ਤੇ ਮੈਂ ਆਦੇ। ਅੱਲਾ ਹਾਫਿਜ ਬਾਈ ਜਾਨ, ਓਕੇ ਅੱਲਾ ਹਾਫਿਜ, ਤੂੰ ਨਿਕਲਦੇ ਦੇਖ ਹਾਂ ਕੋਈ ਪਾਕਿਸਤਾਨ ਵਾਲੇ ਕਹਿ ਤੂੰ ਘੱਟ ਹੈ, ਲੋਦੀ ਲੱਦੀ ਵਧੇ ਬੰਦੇ ਹੀ ਲੱਦੀ ਵਧੇ ਹੈ, ਇਹ ਸਾਡੇ ਪਾਕਿਸਤਾਨ ਦੇ ਵਿੱਚ ਇੰਝ ਚੱਲਦਾ ਕੰਮ, ਆਮ ਸਾਮ ਸਾਰਾ ਪਾਕਿਸਤਾਨ ਨੇ ਮਾਸ਼ਾਅੱਲਾ ਨਾਲ।